ਓ ਕਿਵੇਂ ਉਸਤਾਦ? ਉਸਤਾਦ ਨੂੰ ਸਲਿਆ, ਤੂੰ ਮੇਰੇ ਤੋਂ ਤੂੰ ਵੀ ਸਿੱਖਦਾ ਰਿਹਾ? ਓਹੋ, ਉਹ ਮੈਂ ਤਾਂ ਐਂ ਪੁੱਛਦਾ ਸੀ ਵੀ ਕਿਵੇਂ ਮੂੰਹ ਜਿਹਾ ਸਿੱਟੀ ਬੈਠਾ, ਕੀ ਗੱਲ ਹੋ ਗਈ? ਮੈਨੂੰ ਤਾਂ ਯਾਰ ਕੈਨੇਡਾ ਜਾਣ ਦੇ ਚੱਕਰਾਂ ਨੇ ਮਾਜਤਾ। ਉਹ ਕਿਵੇਂ ਬਾਈ? ਉਹ ਝੱਗਾ ਚੱਕੀਏ ਤਾਂ ਆਪਦੇ ਢਿੱਡ ਨੰਗਾ ਹੁੰਦਾ ਬਾਈ। ਵੱਡੇ ਭਾਈ, ਤੂੰ ਢਿੱਡ ਨੰਗਾ ਕਰ ਹੀ ਦੇ ਫਿਰ ਅੱਜ। ਤਿੰਨ ਮਹੀਨੇ 18 ਦਿਨ ਪੁਰਾਣੀ ਗੱਲ ਆ ਬਾਈ, ਮੈਂ ਖੇਤ ਕੰਮ ਕਰਦਾ ਸੀ ਤੇ ਮੇਰਾ ਫੋਨ ਵੱਜਿਆ। ਆਹ ਕਿਹਦਾ ਵੱਜ ਗਿਆ ਹੁਣ? ਹੈਲੋ, ਅੰਨਾ ਕੀ ਪਾਲੇ ਜੀ, ਦੋ ਅੱਖਾਂ? ਮੇਰਾ ਮਤਲਬ, ਹਾਂਜੀ ਹਾਂਜੀ, ਮੈਂ ਜਾਣਾ ਚਾਹੁੰਦਾ ਜੀ ਕੈਨੇਡਾ ਕੱਲ ਨੂੰ। ਠੀਕ ਹੈ ਜੀ, ਪਹੁੰਚ ਗਿਆ ਜੀ, ਆ ਗਿਆ ਜੀ। ਕੈਨੇਡਾ, ਉਹ ਕੈਨੇਡਾ ਜਾਣ ਦੀ ਗੱਲ ਸੁਣ ਕੇ ਮੇਰਾ ਚਾਅ ਨਾ ਚੱਕਿਆ ਜਾਵੇ, ਮੈਨੂੰ ਸਮਝ ਨਾ ਆਵੇ ਕੀ ਕਰਾਂ ਮੈਂ। ਮੈਂ ਆਰਾਮ ਨਾਲ ਬੈਠਿਆ ਸੋਚਿਆ ਵੀ ਨਾਲੇ ਤਾਂ ਚੰਡੀਗੜ੍ਹ ਘੁੰਮ ਆਵਾਂਗੇ, ਨਾਲੇ ਉਹਨਾਂ ਨੂੰ ਕਾਗਜ਼ ਪੱਤਰ ਦਿਖਾ ਆਵਾਂਗੇ, ਕੀ ਪਤਾ ਕੈਨੇਡਾ ਦਾ ਵੀਜ਼ਾ ਲੱਗ ਹੀ ਜਾਵੇ। ਉਹ ਜਾ ਕੇ ਗੱਲ ਮੈਂ ਬਾਪੂ ਨੂੰ ਦੱਸੀ ਘਰੇ, ਬਾਪੂ ਲੱਗ ਖਿਲ ਰਿਹਾ ਫਿਰੇ। ਉਹ ਮੈਨੂੰ ਕਹਿੰਦਾ ਮੇਰਾ ਮੁੰਡਾ ਕੈਨੇਡਾ ਚੱਲਿਆ, ਤੂੰ ਪੁੱਤ ਜਾ ਹੱਸ ਕੇ ਚੰਡੀਗੜ੍ਹ। ਲੈ ਦੂਏ ਦਿਨ ਆਪਾਂ ਤਿਆਰ ਵਿਆਰ ਹੋ ਕੇ ਸਿੱਧਾ ਚੰਡੀਗੜ੍ਹ ਉਹਨਾਂ ਦੇ ਦਫ਼ਤਰ ਜਾ ਵਿੱਚ। ਅੱਛਾ। ਪ੍ਰਧਾਨ ਦਰਵਾਜ਼ਾ ਖੋਲਿਆ, ਸਾਹਮਣੇ ਕੁੜੀ ਬੈਠੀ ਬੰਬ। ਉਹ ਬਈ ਮੈਨੂੰ ਸਮਝਦਾ ਮੈਂ ਕਰਾਂ ਕੀ, ਮੈਨੂੰ ਕਹਿੰਦੀ ਬਹਿ ਜਾਓ, ਮੈਂ ਬਹਿ ਗਿਆ। ਮੈਨੂੰ ਕਹਿੰਦੀ ਬਟ ਉਹ ਬਟ ਕੈਨ ਆਈ ਡੂ ਫੋਰ ਯੂ? ਹਾਂ ਹਾਂ, ਤੈਨੂੰ ਸਾਲੇ ਬੜੀ ਅੰਗਰੇਜ਼ੀ ਆਉਂਦੀ ਆ। ਉਹ ਤਾਂ ਅੱਗੇ ਦੱਸ ਯਾਰ। ਤੇ ਮੈਨੂੰ ਕਹਿੰਦੀ ਵੀ ਆਹ ਜੋ ਤੂੰ ਕਿਹਾ ਹੈਨਾ, ਤੇ ਮੈਨੂੰ ਸਮਝ ਨਾ ਆਵੇ। ਉਹ ਜਦੀ ਸਮਝ ਗਈ ਵੀ ਇਹ ਜੱਟ ਦੀ ਅੰਗਰੇਜ਼ੀ ਵਾਲੇ ਕਿਹਦੇ ਨਾਲ ਨਹੀਂ ਬਣਦੀ, ਤੇ ਫਿਰ ਉਹਨੇ ਨਾਲ ਹੀ ਮੈਨੂੰ ਪੰਜਾਬੀ 'ਚ ਕਹਿਤਾ ਵੀ ਦੱਸੋ ਤੁਸੀਂ ਕੀ ਕੰਮ ਆਇਓ। ਮੈਂ ਕਿਹਾ ਤੁਸੀਂ ਆਪ ਤਾਂ ਮੈਨੂੰ ਫੋਨ ਕੀਤਾ, ਤੇ ਕਹੀਂ ਨਾ ਦੱਸੋ। ਮੈਂ ਨਾ ਦੱਸਿਆ, ਉਹਨੇ ਰਜਿਸਟਰ ਖੋਲਿਆ ਵਿੱਚ ਮੇਰਾ ਨਾਂ, ਉਹ ਪ੍ਰਧਾਨ ਰਜਿਸਟਰ ਤੇ ਮੇਰਾ ਨਾਂ ਲਿਖੀ ਫਿਰੇ, ਉਹ ਤਾਂ ਲਿਖਣਾ ਹੀ ਸੀ। ਓਹੋ, ਤੇ ਉਦੋਂ ਬਾਅਦ ਕੀ ਹੋਇਆ? ਪ੍ਰਧਾਨ ਮੈਨੂੰ ਕਹਿੰਦੀ ਵੀ ਆਪਣੇ ਕਾਗਜ਼ ਪੱਤਰ ਦਿਖਾਓ। ਮੈਂ ਕਾਗਜ਼ ਪੱਤਰ ਦਿਖਾਤੇ, ਉਹਨੇ ਮੇਰੇ ਕਾਗਜ਼ ਪੱਤਰ ਜੇ ਫੁਰੋਲੇ। ਮੈਨੂੰ ਕਹਿੰਦੀ ਤੁਸੀਂ 15 ਦਿਨਾਂ ਸਿੱਧਾ ਕੈਨੇਡਾ। ਉਹ ਤੁਹਾਡੀ, ਲੈ ਬਈ ਮੇਰੇ ਅੰਦਰ ਹੌਲ ਜੇ ਪੈਣ, ਮੈਂ ਕਿਹਾ ਲੈ ਬਣ ਗਈ ਗੱਲ। ਤੇ ਮੈਨੂੰ ਕਹਿੰਦੀ ਬਸ ਇੱਕ ਗੱਲ ਦਾ ਧਿਆਨ ਰੱਖਿਓ ਵੀ 2 ਲੱਖ ਰੁਪਈਆ ਲੱਗੋ ਐਡਵਾਂਸ, ਕਿਉਂਕਿ ਅਸੀਂ ਮੈਸੇਜ ਪੁੱਛਣ ਫੀਸਾਂ ਫੂਸਾਂ ਭਰਨੀਆਂ ਹੁੰਦੀਆਂ ਨਹੀਂ, ਤੇ ਬਾਕੀ 10 ਲੱਖ ਰੁਪਈਆ ਤੁਹਾਡੇ ਵੀਜ਼ਾ ਲੱਗਣ ਤੋਂ ਬਾਅਦ। ਫਿਰ ਤਾਂ ਤੂੰ ਸਮਝ ਗਿਆ। ਉਹ ਸਮਝ ਗਿਆ, ਘਰੇ ਆ ਗੱਲ ਮੈਂ ਬਾਪੂ ਨੂੰ ਦੱਸੀ। ਬਾਪੂ ਕਹਿੰਦਾ ਚੱਕ 2 ਲੱਖ ਰੁਪਈਆ, ਆਪਾਂ 2 ਲੱਖ ਰੁਪਈਆ ਅਗਲੇ ਦਿਨ ਉਹਨੂੰ ਫੜਾਏ। ਓਹੋ, ਮੈਨੂੰ ਕਹਿੰਦੀ ਬਸ ਹੁਣ ਤੁਸੀਂ 15 ਦਿਨ ਵੇਟ ਕਰੋ, 15 ਦਿਨਾਂ ਬਾਅਦ ਤੁਹਾਡਾ ਵੀਜ਼ਾ ਆ ਗਿਆ, ਤੁਸੀਂ ਚੜ ਜਾਣਾ ਕੈਨੇਡਾ, ਜਾ ਕੇ ਮਿਲੋ ਸਾਰਿਆਂ ਨੂੰ, ਕੱਪੜੇ ਕੁਪੜੇ ਖਰੀਦੋ। ਆਪਾਂ ਬਸ ਉਦੋਂ ਬਾਅਦ ਘਰੇ ਆ ਗਏ, ਬਾਪੂ ਨੇ ਸਾਰੇ ਪਿੰਡ 'ਚ ਰੌਲਾ ਪਤਾ ਮੁੰਡਾ ਕੈਨੇਡਾ ਚੱਲਿਆ। ਮੈਂ ਸਾਰੀਆਂ ਰਿਸ਼ਤੇਦਾਰੀਆਂ 'ਚ ਮਿਲਿਆ ਆ ਵੀ ਮੈਂ ਕੈਨੇਡਾ ਚੱਲਿਆ, ਉਹ ਸ਼ੋਪਿੰਗਾਂ ਕਰ ਲਈਆਂ, ਆਹ ਦੇਖ ਲਾ ਉਹੀ ਕੱਪੜੇ ਪਾਈ ਬੈਠਾ ਵਾ। ਅਤੇ ਪ੍ਰਧਾਨ ਫਿਰ ਵੀਜ਼ਾ? 3 ਮਹੀਨੇ 18 ਦਿਨ ਹੋ ਗਏ ਬਾਈ, ਵੀਜ਼ਾ ਨਹੀਂ ਆਇਆ। ਨਾ ਉਹ ਕੀ ਮੇਰੀ ਗੱਲ ਸੁਣਦੇ ਨੇ, ਨਾ ਫੋਨ ਚੱਕਦੇ ਨੇ, ਨਾ ਦਫ਼ਤਰ 'ਚ ਮਿਲਦੇ ਨੇ। ਮੈਂ ਬਹੁਤ ਤੰਗ ਹਾਂ ਬਾਈ, ਨਾ ਮੇਰੀ ਬਾਪੂ ਸੁਣਦਾ, ਨਾ ਮੈਂ ਘਰੇ ਜਾ ਸਕਦਾ, ਨਾ ਮੈਂ ਕੈਨੇਡਾ ਜਾ ਸਕਦਾ। ਮੇਰਾ ਤਾਂ ਉਹ ਹਾਲ ਹੋਇਆ ਪਿਆ ਵੀ ਧੋਬੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ। ਤੂੰ ਪੈਸੇ ਦਿੱਤੇ ਉਹਨਾਂ ਦੀ ਰਸੀਦ, ਸੋ ਤਾਂ ਹੋ ਗਈ ਸਬੂਤ ਦੇ ਤੌਰ 'ਤੇ। ਆਪਾਂ ਜਦੋਂ ਪੈਸੇ ਦਿੰਦੇ ਹਾਂ, ਆਪਾਂ ਨੂੰ ਰਸੀਦ ਦਿੰਦੇ ਵੀ ਇੰਨੇ ਪੈਸੇ ਦਿੱਤੇ ਤੁਸੀਂ। ਓਏ ਪ੍ਰਧਾਨ, ਇੰਨੀ ਸੋਹਣੀ ਕੁੜੀ, ਇੰਨੀ ਸੋਹਣੀ ਕੁੜੀ ਨੂੰ ਪੈਸੇ ਦੇ ਕੇ ਆਇਆ, ਉਹ ਮੈਨੂੰ ਕਿ ਤੁਸੀਂ ਕੈਨੇਡਾ ਪਹੁੰਚ ਗਏ, ਉਹ ਮੈਨੂੰ ਚਾਹ 'ਚ ਪਤਾ ਹੀ ਲੱਗਿਆ ਵੀ ਮੈਂ ਰਸੀਦ ਵੀ ਲੈਣੀ ਆ। ਫਿਰ ਉਹ ਕੁੜੀ ਨੂੰ 2 ਲੱਖ ਰੁਪਈਆ ਆਪਦੀ ਭੈਣ ਸਮਝ ਕੇ ਸ਼ਗਨ ਦਿੱਤਾ ਹੀ, ਸਮਝ ਲਾ। ਉਹ ਨਹੀਂ ਨਹੀਂ ਪ੍ਰਧਾਨ, ਉਹ ਪੈਸੇ ਤਾਂ ਮਡਾਉਣੇ ਪੈਣੇ ਆ, ਨਹੀਂ ਤਾਂ ਬਾਪੂ ਦੇੜੂ ਬਹੁਤ ਮੈਨੂੰ। ਉਹ ਤੇਰੀ ਤਾਂ ਹੈਗੀ ਮਾੜੀ ਮੋਟੀ ਲੀਡਰਾਂ ਨਾਲ, ਉਹ ਕਰ ਕੁਛ, ਮੇਰੇ ਪੈਸੇ ਦਵਾ ਮੇਰੇ। ਉਹ ਤੂੰ ਮੈਨੂੰ ਪਹਿਲਾਂ ਇਹ ਗੱਲ ਦੱਸ ਵੀ ਤੂੰ ਪੜ੍ਹਿਆ ਕਿੰਨੀ ਆ? ਮੈਂ 12ਵੀਂ ਤੇ ਇੱਥੋਂ ਹੋਈ ਨਹੀਂ, ਸਟੱਡੀ ਬੇਸ ਤੇ ਤੂੰ ਜਾ ਨਹੀਂ ਸਕਦਾ, ਵਰਕ ਪਰਮਿਟ ਤੇਰਾ ਲੱਗ ਨਹੀਂ ਸਕਦਾ, ਤੇ ਟੂਰਿਸਟ ਵੀਜ਼ੇ ਨੂੰ ਜਾਣ ਨੂੰ ਤੂੰ ਕਿਹੜਾ ਮੋਦੀ ਦਾ ਭਤੀਜਾ? ਕੋਈ ਪੜ੍ਹੀ ਲਿਖੀ ਗੱਲ ਵੀ ਕਰ ਲਿਆ ਕਰੋ, ਕਿਹੜੇ ਬੇਸ ਤੇ ਜਾਏਗਾ ਤੂੰ? ਬਸ ਕੁੜੀ ਦਾ ਫੋਨ ਆਇਆ, ਚੱਕੇ ਪੈਸੇ ਤੇ ਲੈ ਕੇ ਵੱਜੇ ਉੱਥੇ। ਕਿਹੜਾ ਆਪ ਕਮਾਈ ਆ? ਪਿਓ ਦੀ ਕਮਾਈ ਹੈ ਯਾਰ। ਪਰ ਬਾਈ ਹੁਣ ਗਲਤੀ ਹੋ ਗਈ ਮੇਰੇ ਤੋਂ, ਨਾਲੇ ਯਾਰ ਮੈਨੂੰ ਕਿਹੜਾ ਪਤਾ ਸੀ ਵੀ ਕਿਵੇਂ ਚਾਹੀਦਾ ਹੁੰਦਾ, ਮੈਂ ਕਿੱਥੋਂ ਪਤਾ ਕਰਦਾ? ਉਹ ਕਦੇ ਐਮਬੈਸੀ ਨਾਮ ਦੀ ਚੀਜ਼ ਸੁਣੀ ਹੈ? ਜਿਹੜੇ ਮੁਲਕ ਤੁਸੀਂ ਜਾਣਾ ਚਾਹੁੰਦੇ ਹੋ ਪਹਿਲਾਂ ਉਸ ਦੇਸ਼ ਦੀ ਐਮਬੈਸੀ 'ਚ ਜਾ ਕੇ ਪਤਾ ਕਰੋ, ਉਹ ਤੁਹਾਨੂੰ ਸਹੀ ਦੱਸਦੇ ਆ, ਸਹੀ ਰਾਏ ਦਿੰਦੇ ਆ, ਸਹੀ ਗਾਈਡ ਕਰਦੇ ਆ। ਤੁਸੀਂ ਆਪਦੇ ਡਾਕੂਮੈਂਟ ਦਿਖਾਓ ਤੇ ਉਹ ਤੁਹਾਨੂੰ ਦੱਸਦੇ ਆ ਵੀ ਤੁਸੀਂ ਕਿਹੜੇ ਬੇਸ ਤੇ ਜਾਣ ਲਈ ਐਲੀਜੀਬਲ ਹੋ। ਤੁਸੀਂ ਚੜ ਜਾਂਦੇ ਏਜੰਟਾਂ ਦੇ ਧੱਕੇ, ਕੁੜੀਆਂ ਦਾ ਫੋਨ ਆਉਂਦਾ ਤੇ ਤੁਰ ਪੈਂਦੇ ਹੋ। ਪਤਾ ਨਹੀਂ ਤੇਰੇ ਵਰਗੇ ਕਿੰਨੇ ਕੁ ਲੋਕਾਂ ਦੇ ਇੱਥੇ ਚੰਡੀਗੜ੍ਹ 'ਚ ਏਜੰਟਾਂ ਕੋਲ ਪੈਸੇ ਫਸੇ ਪਏ ਆ। ਬਾਈ ਮੇਰੇ ਤੋਂ ਇੱਕ ਵਾਰ ਗਲਤੀ ਹੋ ਗਈ, ਮੁੜ ਕੇ ਨਹੀਂ ਇਹੋ ਜਿਹੀ ਗਲਤੀ ਕਰਦਾ। ਬਸ ਬਸ ਤੂੰ ਐਕਤੀ ਮੇਰੇ ਪੈਸੇ ਮੜਾ ਦੇ। ਚੱਲ ਤਿਆਰ ਰਹੀ ਤੜਕੇ, ਚੱਲਾਂਗੇ ਚੰਡੀਗੜ੍ਹ।
ਧੰਨਵਾਦ ਬਾਬੇ। ਬਾਬੇ ਨੂੰ ਮੈਂ ਸਰਸੇ ਵਾਲਾ